ਕਿੱਦਾਂ ਸਾਰੇ ਜਣੇ ਘੈਂਟ ਆ, ਉਮੀਦ ਕਰ ਤੁਸੀਂ ਸਾਰੇ ਜਣੇ ਘੈਂਟ ਹੋਗੇ। ਵੈਲਕਮ ਟੂ ਮਾਈ ਚੈਨਲ ਨਟਵਾਲ ਬਲੌਗਸ। ਜਿਹੜੇ ਮੈਂ ਚੈਨਲ ਤੇ ਨਵੇਂ ਆਏ ਤੇ ਜਾ ਕੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਦਬਾ ਦਿਓ ਜਲਦੀ ਜਲਦੀ ਜਾ ਕੇ ਮੇਰੀਆਂ ਨਵੀਆਂ ਵੀਡੀਓਜ਼ ਦੇਖਣ ਵਾਸਤੇ। ਆਪਾਂ ਜਲਦੀ ਜਲਦੀ ਵੀਡੀਓ ਨੂੰ ਕਰਦੇ ਹਾਂ ਸ਼ੁਰੂ। ਤੁਹਾਨੂੰ ਵੀਡੀਓ ਦੇ ਵਿੱਚ ਪਹਿਲਾਂ ਮੈਂ ਸਭ ਤੋਂ ਪਹਿਲਾਂ ਇਹੀ ਦੱਸਣਾ ਚਾਹੁੰਦਾ ਕਿ ਤੁਹਾਨੂੰ ਸਾਰਿਆਂ ਨੂੰ ਗੁੱਡ ਨਿਊਜ਼ ਦੇਣੀ ਹੈਗੀ ਹੈ ਕਿ ਕਰੋਸ਼ੀਆ ਨਾਮ ਦੀ ਜਿਹੜੀ ਕੰਟਰੀ ਹੈਗੀ ਆ, ਕਰੋਸ਼ੀਆ, ਬਲਗਾਰੀਆ ਅਤੇ ਰੋਮਾਨੀਆ, ਇਹ ਤਿੰਨਾਂ ਦਾ ਕਾਫ਼ੀ ਦੇਰ ਤੋਂ ਤੁਸੀਂ ਲੰਬੇ ਟਾਈਮ ਤੋਂ ਸੁਣਦੇ ਹੋਣੇ ਨਿਊਜ਼ ਆ ਕਿ ਇਹ ਸ਼ੈਂਗਨ ਜ਼ੋਨ 'ਚ ਆ ਰਹੀਆਂ, ਸ਼ੈਂਗਨ ਜ਼ੋਨ 'ਚ ਆ ਰਹੀਆਂ, ਬਟ ਹਜੇ ਤੱਕ ਕਿਸੇ ਨੂੰ ਰਿਜ਼ਲਟ ਨਹੀਂ ਸੀ ਪਾ ਰਿਹਾ ਕਿਉਂਕਿ ਸਭ ਤੋਂ ਜ਼ਿਆਦਾ ਰੋਮਾਨੀਆ ਵਾਲਿਆਂ ਨੂੰ ਸੀਗਾ, ਬਲਗਾਰੀਆ ਵਾਲਿਆਂ ਨੂੰ ਸੀਗਾ ਅਤੇ ਕਰੋਸ਼ੀਆ ਵਾਲਿਆਂ ਨੂੰ ਸੀ, ਕਿਉਂਕਿ ਕਾਫ਼ੀ ਜਣਿਆਂ ਨੂੰ ਮੈਨੂੰ ਮੈਸੇਜ ਵਗੈਰਾ ਵੀ ਆਏ ਸੀਗੇ ਕਿ ਕਦੋਂ ਆ ਰਹੀ ਆ ਡੋਂਕੀ ਲਗਾਉਣ ਦੀ। ਕਈ ਗੱਲ ਇੱਦਾਂ ਦੀ ਕਰਦੇ ਸੀਗੇ ਕਿ ਅਸੀਂ ਕਦੋਂ ਆ ਜਾਈਏ ਸ਼ੈਂਗਨ ਜ਼ੋਨ ਦੇ ਵਿੱਚ, ਪਰ ਕਿ ਅੱਜ ਤੁਹਾਨੂੰ ਦੱਸਣ ਲੱਗੇ ਫਾਈਨਲੀ ਅੱਜ ਕਰੋਸ਼ੀਆ ਕੰਟਰੀ 'ਚ ਜਿੰਨੇ ਵੀ ਮੇਰੇ ਭਰਾ ਵੀਰ ਜੋ ਵੀ ਸਾਰੇ ਰਹਿੰਦੇ ਹੈਗੇ ਆ, ਵੀਰ ਭੈਣਾਂ ਜੋ ਵੀ ਸਾਰੇ ਰਹਿੰਦੀਆਂ ਹੈਗੀਆਂ, ਉਹ ਸਾਰਿਆਂ ਨੂੰ ਬਹੁਤ ਹੀ ਗੁੱਡ ਨਿਊਜ਼ ਹੈਗੀ ਕਿ ਸ਼ੈਂਗਨ ਜ਼ੋਨ ਦੇ ਵਿੱਚ ਆ ਗਿਆ ਹੈ ਕਰੋਸ਼ੀਆ। 1 ਜਨਵਰੀ 2023 ਨੂੰ ਬਸ ਐਂਟਰ ਹੈ, ਫਿਰ ਤੁਸੀਂ ਆਪਣੇ ਕਾਰਡ ਦੇ ਉੱਤੇ ਜਦੋਂ ਮਰਜ਼ੀ ਤੁਸੀਂ ਸ਼ੈਂਗਨ ਜ਼ੋਨ ਦੇ ਵਿੱਚ ਆ ਸਕਦੇ। 27 ਕੰਟਰੀਆਂ ਦੇ ਵਿੱਚ ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈਗੀ, ਪੁਰਤਗਾਲ ਜਾਣਾ, ਜਰਮਨ ਜਾਣਾ, ਫਰਾਂਸ, ਤੁਸੀਂ ਜਿਹੜੀ ਮਰਜ਼ੀ ਕੰਟਰੀ 'ਚ ਜਾ ਸਕਦੇ, ਤੁਹਾਨੂੰ ਕੋਈ ਰੋਕ ਟੋਕ ਨਹੀਂ ਹੋਏਗੀ। ਬਾਕੀ ਗੱਲ ਰਹਿ ਗਈ ਹੈਗੀ ਹੈ ਬਲਗਾਰੀਆ ਦੀ ਅਤੇ ਰੋਮਾਨੀਆ ਦੀ, ਉਹਨਾਂ ਨੂੰ ਹਜੇ ਸ਼ੈਂਗਨ ਜ਼ੋਨ 'ਚ ਨਹੀਂ ਲਿਆ ਹੈਗਾ ਆ। ਉਹਨਾਂ ਦੀ ਵੀ ਵਜ੍ਹਾ ਹੈਗੀ ਹੈ ਕਿਉਂ ਨਹੀਂ ਲਿਆ, ਕਿਉਂਕਿ ਰੋਮਾਨੀਆ ਤੋਂ ਬਹੁਤ ਜ਼ਿਆਦਾ ਡੌਂਕੀ ਲੱਗੀ ਹੈ, ਬਹੁਤ ਜ਼ਿਆਦਾ ਦੁਨੀਆ ਆਸਟ੍ਰੇਲੀਆ 'ਚ ਗਈ ਹੈ, ਅਤੇ ਆਸਟ੍ਰੇਲੀਆ ਨੇ ਹੀ ਬੋਲਿਆ ਹੈਗਾ ਕਿ ਰੋਮਾਨੀਆ ਅਤੇ ਬਲਗਾਰੀਆ ਨੂੰ ਹਜੇ ਨਹੀਂ ਰੱਖਿਆ, ਹਜੇ ਹੋਲਡ 'ਤੇ ਹੈ, ਅਤੇ ਉਹ ਹੁਣ ਅਗਲੇ ਸਾਲ ਨੂੰ ਅਪੀਲ ਕਰ ਸਕਦੇ ਦੁਬਾਰਾ। ਪਰ ਕਿ ਕਰੋਸ਼ੀਆ ਨੂੰ ਲੈ ਲਿਆ ਜ਼ੋਨ ਦੇ ਵਿੱਚ, ਅਤੇ ਹੁਣ ਸ਼ੈਂਗਨ ਜ਼ੋਨ ਦੇ ਵਿੱਚ ਆ ਗਏ ਆ, ਹੁਣ ਤੁਸੀਂ ਟੌਰ ਦੇ ਨਾਲ ਜਿੱਦਾਂ ਮਰਜ਼ੀ ਆ ਸਕਦੇ ਆ। ਰੋਮਾਨੀਆ ਵਾਲਿਆਂ ਨੂੰ ਹਜੇ ਵੀ ਵੀਜ਼ਾ ਲਵਾ ਕੇ ਆਉਣਾ ਪਏਗਾ ਸ਼ੈਂਗਨ ਦੇ ਵਿੱਚ ਐਂਟਰ ਹੋਣ ਵਾਸਤੇ, ਬਲਗਾਰੀਆ ਨੂੰ ਵੀ ਕਰਵਾਉਣਾ ਪਏਗਾ ਵੀਜ਼ਾ, ਕਿ ਜਿਹੜੇ ਕਰੋਸ਼ੀਆ ਵਾਲੇ ਆ ਜੀ ਸਦਗੇ ਨੱਚ ਟੱਪ ਕੇ ਆਓ ਤੁਸੀਂ 1 ਜਨਵਰੀ ਤੋਂ ਬਾਅਦ ਜਿੱਦਾਂ ਮਰਜ਼ੀ ਪੁਰਤਗਾਲ ਜਿੱਦਾਂ ਮਰਜ਼ੀ ਜਾਓ ਤੁਸੀਂ, ਬਿਲਕੁਲ ਟੈਨਸ਼ਨ ਫਰੀ। ਜੇ ਵੀਡੀਓ ਨੂੰ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ, ਕਮੈਂਟ ਕਰਨਾ, ਸ਼ੇਅਰ ਕਰਨਾ ਨਾ ਭੁੱਲਿਓ, ਅਤੇ ਇੱਦਾਂ ਦੀਆਂ ਨਵੀਆਂ ਵੀਡੀਓਜ਼ ਦੇਖਣ ਵਾਸਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਮੇਰੇ ਨਵੇਂ ਵੀਡੀਓਜ਼ ਦੇਖਣ ਵਾਸਤੇ। ਜੇ ਕਿਸੇ ਨੇ ਕੋਈ ਗੱਲਬਾਤ ਕਰਨੀ ਹੈ ਤਾਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਆ, ਇੰਸਟਾਗ੍ਰਾਮ ਦਾ, ਸਨੈਪਚੈਟ ਦਾ, ਸਾਰਿਆਂ ਦਾ, ਤੁਸੀਂ ਮੈਨੂੰ DM ਕਰ ਸਕਦੇ ਹੋ। ਮਿਲਦੇ ਆਪਾਂ ਇੱਦਾਂ ਦੀ ਨਵੀਂ ਵੀਡੀਓ ਦੇ ਵਿੱਚ। Now, is not in time.